47-48 ਡਿਗਰੀ ਟੈਂਪਰੇਚਰ ਹੈ। ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਕਰਕੇ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਆਈ ਹਾਂ। ਇਹ ਪਰਮਾਤਮਾ ਦੀ ਕਿਰਪਾ, ਅੱਗੇ ਤਾਂ ਤੁਸੀਂ ਦੇਖੋ ਵੀ ਜਿਹੜੇ ਉਹ ਮਹਿਲਾਂ ਵਾਲੇ ਤੇ ਜਾਂ ਦੂਸਰੇ ਲੀਡਰ ਤੇ ਘਰ ਬਸ ਬੈਠ ਕੇ ਹੀ ਜਿੱਤ ਜਾਂਦੇ ਸੀ। ਲੋਕਾਂ ਨੇ ਇਸ ਗੱਲ ਨੂੰ ਸਮਝ ਲਿਆ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਪੰਜਾਬ ਨੂੰ ਸਹੀ ਲਾਈਨ 'ਤੇ ਲੈ ਕੇ ਜਾ ਸਕਦਾ। ਦੂਸਰੀਆਂ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਨੇ, ਉਹ ਥੱਕ ਚੁੱਕੇ ਨੇ, ਉਹਨਾਂ ਦੇ ਝੂਠ ਸੁਣ ਸੁਣ ਕੇ ਲੋਕਾਂ ਦੇ ਕੰਨ ਪੱਕ ਚੁੱਕੇ ਨੇ ਅਤੇ ਲੋਕਾਂ ਨੇ ਦੇਖ ਲਿਆ ਕਿ ਸਾਡਾ ਸਮਾਂ ਜਿਹੜਾ ਪਿਛਲੇ 10 ਸਾਲ ਖਰਾਬ ਹੋ ਗਏ, ਪੰਜਾਬ ਇਹ ਚੰਗੀ ਤਰ੍ਹਾਂ ਸਮਝ ਰਿਹਾ। ਅੱਜ ਹਾਲਾਤ ਇਹ ਹੋ ਗਏ ਵੀ ਮਹਾਰਾਣੀ ਜਿਹੜੀ ਘਰ ਬੈਠ ਕੇ ਜਿੱਤਦੀ ਸੀ ਨਾ, ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਕੰਪੇਨ 'ਚ ਬੁਲਾਉਣਾ ਪਿਆ। ਔਰ ਜਿਹੜੇ ਕਾਂਗਰਸ ਕਹਿੰਦੇ ਤੇ ਵੀ ਅਸੀਂ ਬਹੁਤ ਤਕੜੇ ਹਾਂ, ਉਹਨਾਂ ਨੇ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਦੋਨਾਂ ਨੂੰ ਕੰਪੇਨ ਵਾਸਤੇ ਬੁਲਾਇਆ ਔਰ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਉਹਨਾਂ ਨੂੰ ਮਿਲਣ ਵੀ ਆਇਆ। ਜਿਹੜੇ ਮੀਟਰ ਇਹ ਲਾ ਰਹੇ ਹਾਂ ਨਾ, 9% ਜ਼ਿਆਦਾ ਸਪੀਡ ਨਾਲ ਚੱਲ ਰਹੇ ਹਾਂ ਆਮ ਮੀਟਰਾਂ ਨਾਲੋਂ। ਇਹ ਮੇਰੀ ਨਹੀਂ, ਇਹਨਾਂ ਦੇ ਡਿਪਾਰਟਮੈਂਟ ਦੀ ਰਿਪੋਰਟ ਹੈਗੀ ਆ। ਸੋ ਇੱਕ ਪਾਸੇ 300 ਯੂਨਿਟ ਮਾਫ ਕਰਨ ਦੀ ਗੱਲਾਂ ਕਰ ਰਹੇ ਹਾਂ, ਦੂਸਰੇ ਪਾਸੇ ਜਿਹੜੇ ਮੀਟਰ ਲਾ ਰਹੇ ਹਾਂ ਉਹ 10% ਹਾਇਰ ਸਪੀਡ ਨਾਲ ਤੁਰ ਰਹੇ ਹੈਗੇ। ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕਾ ਤੋਂ ਉਮੀਦਵਾਰ NK ਸ਼ਰਮਾ ਵੱਲੋਂ ਅੱਜ ਨਾਭਾ ਵਿਖੇ ਮੇਨ ਬਾਜ਼ਾਰ ਦੀਆਂ ਦੁਕਾਨਾਂ ਤੇ ਜਾ ਕੇ ਵੋਟਾਂ ਮੰਗੀਆਂ ਗਈਆਂ। ਦੁਕਾਨਦਾਰਾਂ ਵੱਲੋਂ ਥਾਂ ਥਾਂ ਤੇ NK ਸ਼ਰਮਾ ਦਾ ਸਨਮਾਨ ਕੀਤਾ ਗਿਆ ਅਤੇ ਵਿਸ਼ਵਾਸ ਦਵਾਇਆ ਗਿਆ ਕਿ ਵਪਾਰੀ ਵਰਗ ਵੱਲੋਂ ਇਸ ਵਾਰ ਸਾਰੀਆਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਈਆਂ ਜਾਣਗੀਆਂ। ਡੋਰ ਟੂ ਡੋਰ ਦੌਰਾਨ ਅਕਾਲੀ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਤੋਂ ਇਲਾਵਾ ਸਮੂਹ ਅਕਾਲੀ ਦਲ ਲੀਡਰਸ਼ਿਪ ਮੌਜੂਦ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਉਮੀਦਵਾਰ NK ਸ਼ਰਮਾ ਨੇ ਕੀ ਕਿਹਾ, ਆਓ ਸੁਣਦੇ ਹਾਂ ਉਹਨਾਂ ਤੋਂ। ਕਿਸ ਤਰ੍ਹਾਂ ਦੇ ਲਾਸਟ ਮੂਮੈਂਟ ਆ, ਕੁਝ ਘੰਟੇ ਬਾਕੀ ਨੇ, ਪਹਿਲੀ ਵਾਰ ਤੁਸੀਂ ਆਏ ਹੋ ਬਾਜ਼ਾਰ 'ਚ, ਨਹੀਂ ਤਾਂ ਹੋਰ ਕੋਈ ਨਹੀਂ ਆਏਗਾ। ਭਾਜੀ ਪਰਮਾਤਮਾ ਦੀ ਕਿਰਪਾ ਆ, ਦੇਖੋ 47-48 ਡਿਗਰੀ ਟੈਂਪਰੇਚਰ ਆ। ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਕਰਕੇ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਆਈ ਹਾਂ। ਇਹ ਪਰਮਾਤਮਾ ਦੀ ਕਿਰਪਾ, ਅੱਗੇ ਤਾਂ ਤੁਸੀਂ ਦੇਖੋ ਵੀ ਜਿਹੜੇ ਮਹਿਲਾਂ ਵਾਲੇ ਤੇ ਜਾਂ ਦੂਸਰੇ ਲੀਡਰ ਤੇ ਘਰ ਬਸ ਬੈਠ ਕੇ ਹੀ ਜਿੱਤ ਜਾਂਦੇ ਤੇ। ਇਸ ਬਾਰੇ ਪਬਲਿਕ ਨੇ ਮੇਰਾ ਕਿਰਦਾਰ ਔਰ ਮੇਰੀ ਕਾਰਗੁਜ਼ਾਰੀ 'ਤੇ ਮੋਹਰ ਲਾਈ ਹੈ। ਸੋ ਨਿਕਲ ਕੇ ਆਈ ਹਾਂ, ਹਜ਼ਾਰ ਲੱਖਾਂ ਦੀ ਦੇਖੋ ਉਸ ਦਿਨ ਰੈਲੀ ਹੋਈ। ਮੈਂ ਪਿੰਡਾਂ 'ਚ ਤਕਰੀਬਨ 450 ਪਿੰਡ ਘੁੰਮਿਆ ਗਾ, 150-200 ਵਾਰਡਾਂ 'ਚ ਮੈਂ 600 ਦੇ ਕਰੀਬ ਟੋਟਲ ਮੀਟਿੰਗਾਂ ਕਰੀਆਂ, ਬੜਾ ਪਿਆਰ ਮਿਲਿਆ ਗਾ। ਅੱਜ ਹਾਲਾਤ ਇਹ ਹੋ ਗਏ ਵੀ ਮਹਾਰਾਣੀ ਜਿਹੜੀ ਘਰ ਬੈਠ ਕੇ ਜਿੱਤਦੀ ਸੀ ਨਾ, ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਕੰਪੇਨ 'ਚ ਬੁਲਾਉਣਾ ਪਿਆ। ਔਰ ਜਿਹੜੇ ਕਾਂਗਰਸ ਕਹਿੰਦੇ ਤੇ ਵੀ ਅਸੀਂ ਬਹੁਤ ਤਕੜੇ ਹਾਂ, ਉਹਨਾਂ ਨੇ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਦੋਨਾਂ ਨੂੰ ਕੰਪੇਨ ਵਾਸਤੇ ਬੁਲਾਇਆ ਔਰ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਉਹਨਾਂ ਨੂੰ ਮਿਲਣ ਵੀ ਆਇਆ ਹੈਗਾ। ਸੋ ਵਨ ਸਾਈਡਡ ਇਲੈਕਸ਼ਨ ਹੋ ਚੁੱਕੀ ਹੈ ਮੇਰੀ ਕੰਪੇਨ, ਹੁਣ ਲੋਕ ਲਹਿਰ ਬਣ ਗਈ, ਲੋਕ ਹੀ ਮੇਰੇ ਇਲੈਕਸ਼ਨ ਲੜ ਰਹੇ ਹੈ। ਭਾਜੀ ਸਵਾਮੀਨਾਥਨ ਰਿਪੋਰਟ ਆ ਜਿਹੜੀ ਇਹਨਾਂ ਦੀ ਸਰਕਾਰ 'ਚ ਆਈ ਤੀ ਔਰ ਇਸੇ ਨੇ ਉਹ ਪਾਰਟ ਜਿਹੜੀ ਉਹ ਦਿਸ ਨਹੀਂ ਖਤਮ ਕਰ ਦਿੱਤੀ, ਉਹ ਲਾਗੂ ਹੀ ਨਹੀਂ ਕਰੀ। ਔਰ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਨੇ ਗਰੰਟੀਆਂ ਦੇ ਦਿੱਤੀ ਵੀ ਸਾਰਾ ਕਰਜ਼ਾ ਕਿਸਾਨਾਂ ਦਾ ਮਾਫ਼ ਕਰ ਦਾਂਗੇ, ਹੋ ਗਿਆ ਤਾਂ ਕਿਤੇ। ਹਰ ਘਰ ਨੌਕਰੀ ਦੀ ਗਰੰਟੀ ਵੀ ਰਾਹੁਲ ਨੇ ਦੇ ਦਿੱਤੀ, ਹੋ ਗਈ ਤੀ ਕਿਤੇ। ਆਟਾ ਦਾਲ ਨਾਲ ਘਿਓ ਚਾਹ ਚੀਨੀ ਵੀ ਕਿਹਾ ਤਾਂ ਹੋਇਆ ਤਾਂ ਕਦੇ। ਬੇਰੁਜ਼ਗਾਰਾਂ ਨੂੰ ਭੱਤੇ ਦੀ ਗੱਲ ਵੀ ਕਰੀ ਤੀ, ਹੋਇਆ ਤਾਂ ਕਦੇ। ਪਹਿਲਾਂ ਤਾਂ ਰਾਹੁਲ ਗਾਂਧੀ ਪੰਜਾਬ 'ਚ ਆਈ ਹਾਂ, 1 ਜੂਨ ਨੂੰ ਇਲੈਕਸ਼ਨ ਹੋਣੇ ਆ, 1 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਅਟੈਕ ਕਰਵਾਇਆ ਤਾ।
ਔਰ ਇਸ ਦੇ ਬਾਪ ਨੇ ਰਾਜੀਵ ਗਾਂਧੀ ਨੇ ਜਦੋਂ 84 'ਚ ਕਤਲੇਆਮ ਹੋਇਆ ਨਾ ਉਸ ਟਾਈਮ ਕਿਹਾ ਤਾ ਕਿ ਜਦ ਬੜਾ ਦਰਖਤ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਰਾਹੁਲ ਗਾਂਧੀ ਜੀ ਇਹ ਸਟੇਟਮੈਂਟ ਜ਼ਰੂਰ ਦੇ ਕੇ ਜਾਣ ਵੀ ਉਹਦੀ ਦਾਦੀ ਅਤੇ ਉਹਦੇ ਬਾਪ ਨੇ ਠੀਕ ਕਿਹਾ ਤਾ ਜਾਂ ਗਲਤ ਕਿਹਾ ਤਾ, ਪੰਜਾਬੀਆਂ ਤੋਂ ਪਹਿਲਾਂ ਮਾਫ਼ੀ ਮੰਗਣ ਫਿਰ ਵੋਟਾਂ ਦੀ ਗੱਲ ਕਰਨ। ਈਡੀ ਦੀ ਰੇਡ ਹੋਈ ਹੈ ਅੱਜ ਪੰਜਾਬ ਭਰ ਦੇ ਵਿੱਚ ਫਾਇਦਾ ਜਗ੍ਹਾ ਤੇ ਕਿਸ ਤਰ੍ਹਾਂ ਵਾਚ ਕਰਦੇ ਹੋ ਮਾਈਨਿੰਗ ਲੈ ਕੇ ਰੇਡ ਕੀਤੀ ਹੈ ਭਾਜੀ? ਤੁਸੀਂ ਦੇਖੋ ਜਿਹੜੇ ਕਹਿ ਰਹੇ ਤੇ ਮਾਈਨਿੰਗ ਤੋਂ 40,000 ਕਰੋੜ ਕਮਾਉਣਾ ਨਾ, ਪੰਜਾਬ ਨੂੰ ਤੁਸੀਂ ਦੇਖ ਲਿਓ ਵੀ ਜ਼ਮੀਨ ਤੋਂ ਲੈ ਕੇ ਪਤਾਲ ਤੱਕ ਪੱਟਤਾ ਇਹਨਾਂ ਨੇ, ਸਾਮਨਾਟ ਜ਼ਮੀਨ ਕੋਈ ਨਹੀਂ ਛੱਡੀ ਜਿੱਥੇ ਇਲੀਗਲ ਮਾਈਨਿੰਗ ਮਿੱਟੀ ਨਹੀਂ ਵਿਚ ਰਹੀ, ਜਿਹੜੇ ਨਦੀਆਂ ਉਹ ਪੱਟੀਆਂ ਜਾ ਰਹੀਆਂ ਹੈਗੀਆਂ, ਘੱਗਰ ਉਹ ਡੂੰਘਾ ਕਰਿਆ ਜਾ ਰਿਹਾ ਹੈਗਾ। ਸੋ ਲੋਕ ਬੜੇ ਪਰੇਸ਼ਾਨ ਆ। ਮੈਂ ਸਮਝਦਾ ਕਿ ਜਿੰਨੇ ਮੈਂ ਇਹਨਾਂ ਦੇ MLA ਆ ਸਰਿਆਮ ਨਸ਼ਾ ਵਿਕਾ ਰਹੇ ਹਾਂ। ਅੱਜ ਮੈਂ ਪ੍ਰੈਸ ਕਾਨਫਰੰਸ ਕਰੀ ਆ, 7500 ਕਰੋੜ ਰੁਪਏ ਦਾ ਘਟਾਲਾ ਤਾਂ ਇਕੱਲਾ ਬਿਜਲੀ ਬੋਰਡ 'ਚ ਹੋਇਆ ਜਿਹੜਾ ਲੋਕਾਂ ਦੇ ਸਿਰ 'ਤੇ ਪਿਆ ਹੈਗਾ। ਜਿਹੜੇ ਪੋਲ ਹਰਿਆਣਾ 2500 ਦੇ ਖਰੀਦਦਾ ਇਹ 5300 ਦੇ ਖਰੀਦ ਰਹੇ ਹਾਂ, ਜਿਹੜਾ ਟਰਾਂਸਫਾਰਮ ਹਰਿਆਣਾ 80,000 ਦਾ ਖਰੀਦਦਾ ਹੈਗਾ ਇਹ 1.5 ਲੱਖ ਰੁਪਏ ਦਾ ਖਰੀਦ ਰਹੇ ਹਾਂ। ਸੋ ਉਹ ਡਾਇਰੈਕਟਲੀ ਕੰਜ਼ਿਊਮਰ ਦੇ ਉੱਤੇ ਲੋਡ ਪੈ ਰਿਹਾ ਹੈਗਾ। ਜਿਹੜੇ ਮੀਟਰ ਇਹ ਲਾ ਰਹੇ ਹਾਂ ਨਾ 9% ਜ਼ਿਆਦਾ ਸਪੀਡ ਨਾਲ ਚੱਲ ਰਹੇ ਹਾਂ ਆਮ ਮੀਟਰਾਂ ਨਾਲੋਂ, ਇਹ ਮੇਰੀ ਨਹੀਂ ਇਹਨਾਂ ਦੇ ਡਿਪਾਰਟਮੈਂਟ ਦੀ ਰਿਪੋਰਟ ਹੈਗੀ ਆ। ਸੋ ਇੱਕ ਪਾਸੇ 300 ਯੂਨਿਟ ਮਾਫ਼ ਕਰਨ ਦੀ ਗੱਲਾਂ ਕਰ ਰਹੇ ਹਾਂ, ਦੂਸਰੇ ਪਾਸੇ ਜਿਹੜੇ ਮੀਟਰ ਲਾ ਰਹੇ ਆ ਉਹ 10% ਹਾਇਰ ਸਪੀਡ ਨਾਲ ਤੁਰ ਰਹੇ ਹੈਗੇ। ਉਹਨਾਂ ਵਾਸਤੇ ਤਾਂ ਹੋਰ ਹੀ ਹੋਣਗੇ ਜੀ। ਉਹ ਚੱਲਣ ਦੇ ਲਾਲਕਾ ਜੀ, ਜਿਹੜਾ ਅੱਜ NK ਸ਼ਰਮਾ ਵੱਲੋਂ ਨਾਭਾ ਵਿਖੇ ਡੋਰ ਟੂ ਡੋਰ ਦੁਕਾਨਦਾਰਾਂ ਨੂੰ ਕਿਸ ਤਰ੍ਹਾਂ ਦਾ ਰਿਸਪੋਂਸ ਦਿਖਾਤਾ ਨੇ, ਉਹਨਾਂ ਦਾ ਸਨਮਾਨ ਕੀਤਾ ਗਿਆ? ਬਹੁਤ ਹੀ ਵਧੀਆ ਰਿਸਪੋਂਸ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ NK ਸ਼ਰਮਾ ਜੀ ਨੇ ਅੱਜ ਦੁਕਾਨਾਂ ਦੇ ਵਿੱਚ ਆ ਕੇ ਮੀਟਿੰਗਾਂ ਵੀ ਕੀਤੀਆਂ ਅਤੇ ਲੋਕਾਂ ਨੂੰ ਦੁਕਾਨਾਂ ਵਿੱਚ ਵੀ ਮਿਲੇ। ਸੋ ਬੜਾ ਭਾਰੀ ਸਵਾਗਤ ਕੀਤਾ ਗਿਆ, ਕਿਉਂਕਿ ਲੋਕਾਂ ਨੇ ਇਸ ਗੱਲ ਨੂੰ ਸਮਝ ਲਿਆ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਪੰਜਾਬ ਨੂੰ ਸਹੀ ਲਾਈਨ 'ਤੇ ਲੈ ਕੇ ਜਾ ਸਕਦਾ। ਦੂਸਰੀਆਂ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਨੇ ਔਰ ਥੱਕ ਚੁੱਕੇ ਨੇ, ਉਹਨਾਂ ਦੇ ਝੂਠ ਸੁਣ ਸੁਣ ਕੇ ਲੋਕਾਂ ਦੇ ਕੰਨ ਪੱਕ ਚੁੱਕੇ ਨੇ ਅਤੇ ਲੋਕਾਂ ਨੇ ਦੇਖ ਲਿਆ ਕਿ ਸਾਡਾ ਸਮਾਂ ਜਿਹੜਾ ਪਿਛਲੇ 10 ਸਾਲ ਖਰਾਬ ਹੋ ਗਏ, ਪੰਜਾਬ ਇਹ ਚੰਗੀ ਤਰ੍ਹਾਂ ਸਮਝ ਰਿਹਾ। ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਪਾਰਟੀ ਹੋਣ ਦੇ ਨਾਤੇ ਅਤੇ ਲੋਕਾਂ ਨੇ ਵੀ ਸਮਝ ਲਿਆ ਕਿ ਜੇ ਕੋਈ ਪੰਜਾਬ ਨੂੰ ਸਹੀ ਦਿਸ਼ਾ ਦੇ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਕਦਾ। ਸੋ NK ਸ਼ਰਮਾ ਜੀ ਦਾ ਭਰਪੂਰ ਸਵਾਗਤ ਹੋਏ ਨੇ ਅਤੇ ਪੂਰਾ ਉਹਨਾਂ ਨੂੰ ਲੋਕਾਂ ਨੇ ਜੱਫੀਆਂ ਪਾ ਕੇ ਪਿਆਰ ਸਤਿਕਾਰ ਦੇ ਕੇ ਨਾਲ ਇਹ ਵੀ ਗੱਲ ਪੁੱਛੀ ਬਾਅਦ 'ਚ ਕਹਿੰਦੇ ਰਹੇ ਕਿ ਅਸੀਂ ਵੋਟ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣੀ ਹੈ। ਸੋ ਮੈਂ ਆਪਣੇ ਵੱਲੋਂ ਵਰਕਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਅਤੇ ਆਪਣੇ ਸ਼ਹਿਰੀਆਂ ਦਾ ਖਾਸ ਕਰਕੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨਾ ਭਰਪੂਰ ਸਵਾਗਤ ਕਰਕੇ ਸਾਡੇ ਉਮੀਦਵਾਰ ਦਾ ਹੌਸਲਾ ਵਧਾਇਆ। ਸੋ ਮੈਂ ਆਪਣੇ ਵੱਲੋਂ ਦਾ ਧੰਨਵਾਦ ਕਰਦਾ।